ਸਤਿ ਸ਼੍ਰੀ ਅਕਾਲ ਦੈਨਿਕ ਸਵੇਰ ਚ ਤੁਹਾਡਾ ਸਵਾਗਤ ਹੈ ਤੇ ਮੈਂ ਭਾਵਨਾ ਇਸ ਵੇਲੇ ਦੀ ਅਹਿਮ ਖਬਰ ਦਿੱਲੀ ਦੇ ਇੱਕ ਏਜੰਟ ਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਦੇ ਨਾਲ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦਿੱਲੀ ਦੇ ਇੱਕ ਏਜੰਟ ਉਸਨੇ ਕਿ ਨੌਜਵਾਨਾਂ ਦੇ ਨਾਲ ਧੋਖਾਧੜੀ ਕੀਤੀ ਹੈ ਦੁਬਈ ਲਿਜਾਣ ਦੀ ਜਗ੍ਹਾ ਉਹਨਾਂ ਨੂੰ ਲੀਬੀਆ ਦੇ ਵਿੱਚ ਫਸਾਇਆ ਹੈ ਲੀਬੀਆ ਦੇ ਵਿੱਚ ਉਹ ਨੌਜਵਾਨਾਂ ਨੂੰ ਬੰਦਕ ਬਣਾਇਆ ਗਿਆ ਹੈ ਅਤੇ ਪਰਿਵਾਰ ਦੇ ਵੱਲੋਂ ਅਤੇ ਪਰਿਵਾਰ ਨੂੰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਇਹ ਸਾਰਾ ਮਾਮਲਾ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਹੈ ਪਰਿਵਾਰ ਨੇ ਕਿਹਾ ਕਿ ਲੀਬੀਆ ਦੇ ਵਿੱਚ ਉਹਨਾਂ ਦੇ ਬੱਚੇ ਜਿਹੜੇ ਕਿ ਫਸੇ ਹੋਏ ਨੇ ਉਹਨਾਂ ਨੂੰ ਬੰਦਕ ਬਣਾਇਆ ਗਿਆ ਹੈ ਤੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਹ ਨਰਕ ਭਰੀ ਜ਼ਿੰਦਗੀ ਜੀਉਣ ਨੂੰ ਮਜਬੂਰ ਨੇ ਇਹ ਨੌਜਵਾਨ ਜਿਹੜੇ ਕਿ ਪੰਜ ਨੌਜਵਾਨ ਹੈ ਪੰਜਾਬ ਦੇ ਨੇ ਉਹ ਸ਼੍ਰੀ ਅਨੰਦਪੁਰ ਸਾਹਿਬ ਦੇ ਲੰਗ ਮਜਾਰੀ ਦੇ ਪਿੰਡ ਦੇ ਨੌਜਵਾਨ ਪੰਜ ਨੌਜਵਾਨ ਨੇ ਦੱਸਿਆ ਜਾ ਰਿਹਾ ਕਿ 12 ਨੌਜਵਾਨ ਸੀਗੇ ਤੇ ਪੰਜ ਨੌਜਵਾਨ ਜਿਹੜੇ ਕਿ ਉਹ ਪੰਜਾਬ ਦੇ ਦੱਸੇ ਜਾ ਰਹੇ ਨੇ ਤੇ ਪੰਜ ਨੌਜਵਾਨ ਜਿਹੜੇ ਲੀਬੀਆ ਦੇ ਵਿੱਚ ਫਸੇ ਹੋਏ ਨੇ ਇਸ ਵੇਲੇ ਤੇ ਉਹ ਸਰਕਾਰ ਤੋਂ ਗੁਹਾਰ ਲਗਾ ਰਹੇ ਨੇ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਟਰੈਵਲ ਏਜੰਟ ਦੇ ਵੱਲੋਂ ਇਹਨਾਂ ਨੂੰ ਬੁਰੀ ਤਰ੍ਹਾਂ ਫਸਾਇਆ ਗਿਆ ਹੈ ਪਹਿਲਾਂ ਉਹਨਾਂ ਨੂੰ ਦੁਬਈ ਲਿਜਾਣਾ ਸੀਗਾ ਤੇ ਫਿਰ ਲੀਬੀਆ ਲਿਜਾਣਾ ਸੀ ਜਿੱਥੇ ਕਿ ਹੁਣ ਲੀਬੀਆ ਦੇ ਵਿੱਚ ਇਹਨਾਂ ਨੂੰ ਫਸਾਇਆ ਗਿਆ ਹੈ ਸਰਕਾਰ ਦੇ ਵੱਲੋਂ ਕਈ ਵਾਰ ਕਿਹਾ ਗਿਆ ਹੈ ਕਿ ਲੀਬੀਆ ਦੇ ਵਿੱਚ ਨੌਜਵਾਨ ਨਾ ਜਾਣ ਕਿਉਂਕਿ ਲੀਬੀਆ ਦੇ ਵਿੱਚ ਜਿਹੜੇ ਟਰੈਵਲ ਏਜੰਟ ਜਿਹੜੇ ਨੇ ਉਹ ਲੀਬੀਆ ਦੇ ਵਿੱਚ ਨੌਜਵਾਨਾਂ ਨੂੰ ਲਿਜਾਉਂਦੇ ਨੇ ਤੇ ਉੱਥੇ ਬੁਰੀ ਤਰ੍ਹਾਂ ਉਹਨਾਂ ਨੂੰ ਫਸਾ ਦਿੰਦੇ ਨੇ ਇਸ ਤਰ੍ਹਾਂ ਦਾ ਮਾਮਲਾ ਪਹਿਲਾਂ ਵੀ ਕਈ ਵਾਰ ਵੇਖਣ ਨੂੰ ਮਿਲਿਆ ਹੈ ਤੇ ਹੁਣ ਇੱਕ ਵਾਰ ਫਿਰ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਟਰੈਵਲ ਏਜੰਟ ਦੇ ਵੱਲੋਂ ਇੱਕ ਦਿੱਲੀ ਦੇ ਟਰੈਵਲ ਏਜੰਟ ਦੇ ਵੱਲੋਂ ਲੀਬੀਆ ਦੇ ਵਿੱਚ ਪੰਜ ਨੌਜਵਾਨਾਂ ਨੂੰ ਫਸਾਇਆ ਗਿਆ ਹੈ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਪਰਿਵਾਰ ਨੂੰ ਇਹ ਸਾਰੀ ਜਿਹੜੀ ਉਹਨਾਂ ਦੇ ਨਾਲ ਦਾਸਤਾ ਹੈ ਉਹ ਦੱਸੀ ਹੈ ਕਿ ਉੱਥੇ ਉਹ ਨਰਕ ਭਰੀ ਜ਼ਿੰਦਗੀ ਜੀਉਣ ਨੂੰ ਮਜਬੂਰ ਨੇ ਤੇ ਹੁਣ ਸਰਕਾਰ ਦੇ ਧਿਆਨ ਦੇ ਵਿੱਚ ਮਾਮਲਾ ਆ ਚੁੱਕਿਆ ਤੇ ਸਰਕਾਰ ਦੇ ਵੱਲੋਂ ਉਹਨਾਂ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ ਪੀਣ ਨੂੰ ਪਾਣੀ ਨਹੀਂ ਹੈ ਜੀ ਰੋਟੀ ਨਹੀਂ ਹੈਗੀ ਖਾਣ ਨੂੰ ਜੀ ਗੇਟ ਤੋਂ ਬਾਹਰ ਨਹੀਂ ਜਾਣ ਦਿੰਦੇ ਜੀ ਅਸੀਂ ਘਰਾਂ ਨੂੰ ਜਾਣ ਨੂੰ ਗਏ ਵੀ ਸਾਨੂੰ ਇੰਡੀਆ ਭੇਜ ਦਿਉ ਤਾਂ ਕਹਿੰਦੇ ਵੀ $3,000 ਦੇਣਾ ਪੈਣਾ ਜੀ ਤਾਂ ਤੁਹਾਨੂੰ ਵਾਪਸ ਭੇਜਣਾ ਸਾਡੀ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਅੱਗੇ ਬੇਨਤੀ ਹੈ ਕਹਿੰਦੇ ਸਰ ਛੇਤੀ ਤੋਂ ਛੇਤੀ ਇੱਥੇ ਤੋਂ ਆਪਣੇ ਘਰਾਂ ਨੂੰ ਬੁਲਾਇਆ ਜਾਵੇ ਜੀ ਸ਼ਰਮੀਲਾ ਦੇਵੀ ਕੌਣ ਹੈ ਤੁਹਾਡਾ ਬਾਹਰ ਜੀ ਮੇਰਾ ਬੇਟਾ ਹੈ ਬਾਹਰ ਸਤਵੀਰ ਸਿੰਘ ਕਦੋਂ ਗਿਆ ਸੀ ਉਹ 4 ਜਨਵਰੀ ਦਾ ਗਿਆ ਜੀ ਬਾਹਰ ਤੇ ਉਹਨਾਂ ਦੀ ਯਾਨੀ ਕਿ ਸਾਡੇ ਨਾਲ ਹਫ਼ਤੇ ਦੇ ਉੱਪਰ ਤਾਂ ਮੇਰੇ ਨਾਲ ਤਾਂ ਮੇਰੇ ਬੇਟੇ ਦੀ ਇੱਕ ਵਾਰੀ ਵੀ ਨਹੀਂ ਗੱਲ ਹੋਇਆ ਕਰਦੀ ਜਦੋਂ ਲਾਸਟ ਟਾਈਮ ਗੱਲ ਹੋਈ ਕੀ ਕਹਿੰਦਾ ਸੀ ਮੇਰੀ ਸ਼ੁੱਕਰਵਾਰੀ ਗੱਲ ਹੋਈ ਸੀ ਪਹਿਲੇ ਲਾਸਟ ਟਾਈਮ ਅੱਜ 8 ਦਿਨ ਹੋ ਗਏ ਬੱਚੇ ਨਾਲ ਉਹ ਕਹਿੰਦਾ ਮਾਤਾ ਅਸੀਂ ਠੀਕ ਹੈ ਬਸ ਕਹਿੰਦਾ ਸਾਨੂੰ ਡਰਾ ਡਰਾ ਕੇ ਧਮਕਾ ਧਮਕਾ ਕੇ ਰੱਖਿਆ ਕਰਦੇ ਇੱਥੇ ਸਾਨੂੰ ਕਹਿੰਦੇ ਤੁਸੀਂ ਕੋਈ ਗੱਲ ਨਹੀਂ ਆਪਣੇ ਘਰੇ ਕਰਨੀ ਤੁਸੀਂ ਆਪਣੇ ਕੁਛ ਨਹੀਂ ਦੱਸਣਾ ਵੀ ਅਸੀਂ ਕਿੱਦਾਂ ਰਹਿੰਦੇ ਕਿੱਦਾਂ ਨਹੀਂ ਰਹਿੰਦੇ ਕਹਿੰਦਾ ਮਾਤਾ ਤੁਹਾਨੂੰ ਕਿਹਾ ਦੱਸੀ ਅਸੀਂ ਕਿਸ ਉਹ 'ਚ ਬੈਠੇ ਕਹਿੰਦਾ ਅਸੀਂ ਸਾਨੂੰ ਸਾਡੇ ਬੱਚੇ ਬੁਲਾ ਦਿਉ ਬਸ ਇੱਕ ਵਾਰੀ ਸਾਨੂੰ ਕੁਛ ਨਹੀਂ ਚਾਹੀਦਾ ਉਹਨਾਂ ਤੋਂ ਇਹ ਕੋਈ ਭੁੱਖੇ ਭਾਣੇ ਰਾਤ ਦੇ ਤੋਂ ਅਸੀਂ ਜਮੀ ਹੋਏ ਪਏ ਰਾਤ ਦੇ 12 ਵਜੇ ਦੇ ਜਦੋਂ ਨਹੀਂ ਭਾਂਡੇ ਦਿਖਾਏ ਆਪਣੇ ਸਿਲੰਡਰ ਕੁਛ ਨਹੀਂ ਹੈ ਉਹਨਾਂ ਕੋਲ ਸਾਨੂੰ ਇੱਕ ਵਾਰੀ ਕਹਿ ਦਿਉ ਬਸ ਵੀ ਆ ਜਾਣ ਸਾਡੇ ਬੱਚੇ ਸਾਡੇ ਕੋਲ ਅਸੀਂ ਕੁਛ ਨਹੀਂ ਸਰਕਾਰ ਤੋਂ ਕੁਛ ਨਹੀਂ ਮੰਗਦੇ ਅਸੀਂ ਕਹਿੰਦੇ ਨਹੀਂ ਉਹਨਾਂ ਨੂੰ ਕੁਛ ਵੀ ਸਾਨੂੰ ਕਰੋ ਕੁਛ ਕਰੋ ਬੱਚੇ ਲਿਆ ਦਿਉ ਇੱਕ ਸਾਡੇ ਬਸ ਹੋਰ ਕੁਛ ਨਹੀਂ ਸਾਨੂੰ ਚਾਹੀਦਾ ਸਾਡੀ ਤਾਂ ਇਹੀ ਮੰਗ ਹੈ ਬਸ ਇੱਕ ਸਰਕਾਰ ਤੋਂ ਮੈਨੂੰ ਕੱਲ੍ਹ ਕੁਝ ਨੌਜਵਾਨਾਂ ਨੇ ਸੰਪਰਕ ਕੀਤਾ ਸੀਗਾ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚੋਂ 11-12 ਨੌਜਵਾਨ ਜਿਹੜੇ ਹੈ ਉਹ ਲੀਬੀਆ ਦੇ ਵਿੱਚ ਫਸੇ ਹੋਏ ਨੇ ਬੜੇ ਗਲਤ ਤਰੀਕੇ ਨਾਲ ਲੀਬੀਆ ਦੇ ਵਿੱਚ ਏਜੰਟ ਉਹਨਾਂ ਨੂੰ ਲੈ ਕੇ ਗਿਆ ਕਿਉਂਕਿ ਲੀਬੀਆ ਐਸਾ ਮੁਲਕ ਹੈ ਜਿੱਥੇ ਲਈ ਜਿਹੜੀ ਫੋਰਨ ਮਿਨਿਸਟਰੀ ਹੈ ਉਹ ਮਨਾ ਕਰਦੀ ਹੈ ਕਿ ਲੀਬੀਆ ਦੇ ਵਿੱਚ ਨਾ ਜਾਓ ਉੱਥੋਂ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਫੋਰਨ ਮਿਨਿਸਟਰੀ ਵੱਲੋਂ ਮਨਾਹੀ ਹੈ ਕਿ ਲੀਬੀਆ ਦੇ ਵਿੱਚ ਜਾਣ ਦੇ ਲਈ ਪਰ ਫਿਰ ਵੀ ਏਜੰਟ ਉਹਨਾਂ ਨੂੰ ਲੀਬੀਆ ਦੇ ਵਿੱਚ ਲੈ ਗਿਆ ਮੈਂ ਕੱਲ੍ਹ ਜਿਹੜੀ ਉੱਥੋਂ ਦੇ ਅੰਬੈਸਡਰ ਨੇ ਸੰਬੰਧਿਤ ਅੰਬੈਸਡਰ ਉਹਨਾਂ ਦੇ ਦਫ਼ਤਰ ਦੇ ਵਿੱਚ ਗੱਲ ਕਰਕੇ ਉਹਨਾਂ ਦੇ ਧਿਆਨ 'ਚ ਲਿਆ ਕੇ ਕੱਲ੍ਹ ਅਸੀਂ ਕਾਫ਼ੀ ਲੇਟ ਨਾਈਟ ਤੱਕ ਲੱਗੇ ਰਹੇ ਹਾਂ ਲਗਾਤਾਰ ਰਾਬਤਾ ਕਰ ਰਹੇ ਹਾਂ ਕਿਹੜਾ ਮੁੰਡਿਆਂ ਨੂੰ ਬਚਾ ਕੇ ਮੁੜ ਕੇ ਪੰਜਾਬ ਲਿਆਂਦਾ ਜਾ ਸਕੇ ਆਖਿਰਕਾਰ ਕੱਲ੍ਹ ਕਾਫ਼ੀ ਐਫਰਟਸ ਤੋਂ ਬਾਅਦ ਜਿਹੜੇ ਅੰਬੈਸੀ ਦੇ ਬੰਦੇ ਹੈ ਉਹਨਾਂ ਦੀ ਸੰਬੰਧਿਤ ਕੰਪਨੀ ਦੇ ਮਾਲਕ ਦੇ ਨਾਲ ਗੱਲ ਹੋ ਗਈ ਉਹਦੇ ਨਾਲ ਰਾਬਤੇ ਦੇ ਵਿੱਚ ਆ ਗਏ ਹੈ ਉਹਦੇ ਨਾਲ ਹੁਣ ਲਗਾਤਾਰ ਗੱਲਬਾਤ ਕਰ ਰਹੇ ਹੈ ਕਿ ਉਹਨਾਂ ਕੋਲ ਮੁੰਡਿਆਂ ਨੂੰ ਛਡਾ ਕੇ ਸੇਫ ਤਰੀਕੇ ਨਾਲ ਪੰਜਾਬ ਲਿਆਂਦਾ ਜਾ ਸਕੇ ਮੈਂ ਨਾਲ ਹੀ ਆਪਣੇ ਪੰਜਾਬੀ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਠੱਗ ਟਰੈਵਲ ਏਜੰਟਾਂ ਦੇ ਅੜਗਿੱਟੇ ਨਾ ਚੜੋ ਘੱਟੋ ਘੱਟ ਇੰਨਾ ਤਾਂ ਆਪਾਂ ਦੇਖੀਏ ਕਿ ਜਿਹੜੀਆਂ ਕੰਟਰੀ ਦੇ ਵਿੱਚ ਫੋਰਨ ਮਿਨਿਸਟਰੀ ਵੀ ਮਨਾਹੀ ਕਰ ਰਹੀ ਹੈ ਉੱਥੇ ਆਪਾਂ ਨਾ ਜਾਈਏ ਹੋਰ ਵੀ ਐਸੇ ਕਈ ਕੇਸ ਨੇ ਕਿ ਆਪਣੇ ਇਲਾਕੇ ਦਾ ਮੁੰਡਾ ਮਸਕਟ ਦੇ ਵਿੱਚ ਹੈ ਉਹਨੂੰ ਵੀ ਕੰਪਨੀ ਵਾਪਸ ਨਹੀਂ ਆਉਣ ਦੇ ਰਹੀ ਸੋ ਮੈਂ ਨੌਜਵਾਨ ਸਾਥੀਆਂ ਨੂੰ ਬੇਨਤੀ ਕਰਦਾ ਕਿ ਕੰਮ ਕਰ ਲਈ ਜ਼ਰੂਰ ਤੁਸੀਂ ਜੇ ਜਾਣਾ ਚਾਹੁੰਦੇ ਹੋ ਵਿਦੇਸ਼ ਤਾਂ ਘੱਟੋ ਘੱਟ ਤਹਿਕੀਕਾਤ ਕਰਕੇ ਜਾਓ ਠੱਗ ਟਰੈਵਲ ਏਜੰਟਾਂ ਦੇ ਅੜਗਿੱਟੇ ਨਾ ਪੀਣ ਨੂੰ ਪਾਣੀ ਨਹੀਂ ਹੈ ਜੀ ਰੋਟੀ ਨਹੀਂ ਹੈਗੀ ਖਾਣ ਨੂੰ ਜੀ ਗੇਟ ਤੋਂ ਬਾਹਰ ਨਹੀਂ ਜਾਣ ਦਿੰਦੇ ਜੀ ਅਸੀਂ ਘਰਾਂ ਨੂੰ ਜਾਣ ਨੂੰ ਗਏ ਵੀ ਸਾਨੂੰ ਇੰਡੀਆ ਭੇਜ ਦਿਉ ਤਾਂ ਕਹਿੰਦੇ ਵੀ $3,000 ਦੇਣਾ ਪੈਣਾ ਜੀ ਤਾਂ ਤੁਹਾਨੂੰ ਵਾਪਸ ਭੇਜਣਾ ਸਾਡੀ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਅੱਗੇ ਬੇਨਤੀ ਹੈ ਕਹਿੰਦੇ ਸਰ ਛੇਤੀ ਤੋਂ ਛੇਤੀ ਇੱਥੇ ਤੋਂ ਆਪਣੇ ਘਰਾਂ ਨੂੰ ਬੁਲਾਇਆ ਜਾਵੇ ਜੀ ਪੀਣ ਨੂੰ ਪਾਣੀ ਨਹੀਂ ਹੈ ਜੀ ਰੋਟੀ ਨਹੀਂ ਹੈਗੀ ਖਾਣ ਨੂੰ ਜੀ ਗੇਟ ਤੋਂ ਬਾਹਰ ਨਹੀਂ ਜਾਣ ਦਿੰਦੇ ਜੀ ਅਸੀਂ ਘਰਾਂ ਨੂੰ ਜਾਣ ਨੂੰ ਗਏ ਵੀ ਸਾਨੂੰ ਇੰਡੀਆ ਭੇਜ ਦਿਉ ਤਾਂ ਕਹਿੰਦੇ ਵੀ $3,000 ਦੇਣਾ ਪੈਣਾ ਜੀ ਤਾਂ ਤੁਹਾਨੂੰ ਵਾਪਸ ਭੇਜਣਾ ਸਾਡੀ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਅੱਗੇ ਬੇਨਤੀ ਹੈ ਕਹਿੰਦੇ ਸਰ ਛੇਤੀ ਤੋਂ ਛੇਤੀ ਇੱਥੇ ਤੋਂ
ਆਪਣੇ ਘਰਾਂ ਨੂੰ ਬੁਲਾਇਆ ਜਾਵੇ ਜੀ। ਸ਼ਰਮੀਲਾ ਦੇਵੀ। ਕੌਣ ਹੈ ਤੁਹਾਡਾ ਬਾਹਰ ਜੀ? ਮੇਰਾ ਬੇਟਾ ਹੈ ਬਾਹਰ, ਸਤਵੀਰ ਸਿੰਘ। ਕਦੋਂ ਗਿਆ ਸੀ? ਉਹ 4 ਜਨਵਰੀ ਦਾ ਗਿਆ ਜੀ ਬਾਹਰ, ਤੇ ਉਹਨਾਂ ਦੀ ਯਾਨੀ ਕਿ ਸਾਡੇ ਨਾਲ ਹਫ਼ਤੇ ਦੇ ਉੱਪਰ ਤਾਂ ਮੇਰੇ ਨਾਲ ਤਾਂ ਮੇਰੇ ਬੇਟੇ ਦੀ ਇੱਕ ਵਾਰੀ ਵੀ ਨਹੀਂ ਗੱਲ ਹੋਇਆ ਕਰਦੀ। ਜਦੋਂ ਲਾਸਟ ਟਾਈਮ ਗੱਲ ਹੋਈ ਕੀ ਕਹਿੰਦਾ ਸੀ? ਮੇਰੀ ਸ਼ੁੱਕਰਵਾਰੀ ਗੱਲ ਹੋਈ ਸੀ ਪਹਿਲੇ ਲਾਸਟ ਟਾਈਮ, ਅੱਜ 8 ਦਿਨ ਹੋ ਗਏ ਬੱਚੇ ਨਾਲ। ਉਹ ਕਹਿੰਦਾ ਮਾਤਾ ਅਸੀਂ ਠੀਕ ਹੈ, ਬਸ ਕਹਿੰਦਾ ਸਾਨੂੰ ਡਰਾ ਡਰਾ ਕੇ ਧਮਕਾ ਧਮਕਾ ਕੇ ਰੱਖਿਆ ਕਰਦੇ ਇੱਥੇ ਸਾਨੂੰ, ਕਹਿੰਦੇ ਤੁਸੀਂ ਕੋਈ ਗੱਲ ਨਹੀਂ ਆਪਣੇ ਘਰੇ ਕਰਨੀ, ਤੁਸੀਂ ਆਪਣੇ ਕੁਛ ਨਹੀਂ ਦੱਸਣਾ ਵੀ ਅਸੀਂ ਕਿੱਦਾਂ ਰਹਿੰਦੇ ਕਿੱਦਾਂ ਨਹੀਂ ਰਹਿੰਦੇ। ਕਹਿੰਦਾ ਮਾਤਾ ਤੁਹਾਨੂੰ ਕਿਹਾ ਦੱਸੀ ਅਸੀਂ ਕਿਸ ਉਹ 'ਚ ਬੈਠੇ? ਕਹਿੰਦਾ ਅਸੀਂ ਸਾਨੂੰ ਸਾਡੇ ਬੱਚੇ ਬੁਲਾ ਦਿਉ ਬਸ ਇੱਕ ਵਾਰੀ, ਸਾਨੂੰ ਕੁਛ ਨਹੀਂ ਚਾਹੀਦਾ ਉਹਨਾਂ ਤੋਂ। ਇਹ ਕੋਈ ਭੁੱਖੇ ਭਾਣੇ ਰਾਤ ਦੇ ਤੋਂ ਅਸੀਂ ਜਮੀ ਹੋਏ ਪਏ, ਰਾਤ ਦੇ 12 ਵਜੇ ਦੇ ਜਦੋਂ ਨਹੀਂ ਭਾਂਡੇ ਦਿਖਾਏ ਆਪਣੇ ਸਿਲੰਡਰ, ਕੁਛ ਨਹੀਂ ਹੈ ਉਹਨਾਂ ਕੋਲ, ਸਾਨੂੰ ਇੱਕ ਵਾਰੀ ਕਹਿ ਦਿਉ ਬਸ ਵੀ ਆ ਜਾਣ ਸਾਡੇ ਬੱਚੇ ਸਾਡੇ ਕੋਲ। ਅਸੀਂ ਕੁਛ ਨਹੀਂ, ਸਰਕਾਰ ਤੋਂ ਕੁਛ ਨਹੀਂ ਮੰਗਦੇ, ਅਸੀਂ ਕਹਿੰਦੇ ਨਹੀਂ ਉਹਨਾਂ ਨੂੰ ਕੁਛ ਵੀ, ਸਾਨੂੰ ਕਰੋ ਕੁਛ ਕਰੋ, ਬੱਚੇ ਲਿਆ ਦਿਉ ਇੱਕ ਸਾਡੇ ਬਸ, ਹੋਰ ਕੁਛ ਨਹੀਂ ਸਾਨੂੰ ਚਾਹੀਦਾ, ਸਾਡੀ ਤਾਂ ਇਹੀ ਮੰਗ ਹੈ ਬਸ ਇੱਕ ਸਰਕਾਰ ਤੋਂ। ਮੈਨੂੰ ਕੱਲ੍ਹ ਕੁਝ ਨੌਜਵਾਨਾਂ ਨੇ ਸੰਪਰਕ ਕੀਤਾ ਸੀਗਾ, ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚੋਂ 11-12 ਨੌਜਵਾਨ ਜਿਹੜੇ ਹੈ ਉਹ ਲੀਬੀਆ ਦੇ ਵਿੱਚ ਫਸੇ ਹੋਏ ਨੇ। ਬੜੇ ਗਲਤ ਤਰੀਕੇ ਨਾਲ ਲੀਬੀਆ ਦੇ ਵਿੱਚ ਏਜੰਟ ਉਹਨਾਂ ਨੂੰ ਲੈ ਕੇ ਗਿਆ, ਕਿਉਂਕਿ ਲੀਬੀਆ ਐਸਾ ਮੁਲਕ ਹੈ ਜਿੱਥੇ ਲਈ ਜਿਹੜੀ ਫੋਰਨ ਮਿਨਿਸਟਰੀ ਹੈ ਉਹ ਮਨਾ ਕਰਦੀ ਹੈ ਕਿ ਲੀਬੀਆ ਦੇ ਵਿੱਚ ਨਾ ਜਾਓ, ਉੱਥੋਂ ਦੇ ਹਾਲਾਤ ਇਸ ਤਰ੍ਹਾਂ ਦੇ ਨੇ। ਫੋਰਨ ਮਿਨਿਸਟਰੀ ਵੱਲੋਂ ਮਨਾਹੀ ਹੈ ਕਿ ਲੀਬੀਆ ਦੇ ਵਿੱਚ ਜਾਣ ਦੇ ਲਈ, ਪਰ ਫਿਰ ਵੀ ਏਜੰਟ ਉਹਨਾਂ ਨੂੰ ਲੀਬੀਆ ਦੇ ਵਿੱਚ ਲੈ ਗਿਆ। ਮੈਂ ਕੱਲ੍ਹ ਜਿਹੜੀ ਉੱਥੋਂ ਦੇ ਅੰਬੈਸਡਰ ਨੇ, ਸੰਬੰਧਿਤ ਅੰਬੈਸਡਰ, ਉਹਨਾਂ ਦੇ ਦਫ਼ਤਰ ਦੇ ਵਿੱਚ ਗੱਲ ਕਰਕੇ ਉਹਨਾਂ ਦੇ ਧਿਆਨ 'ਚ ਲਿਆ ਕੇ ਕੱਲ੍ਹ ਅਸੀਂ ਕਾਫੀ ਲੇਟ ਨਾਈਟ ਤੱਕ ਲੱਗੇ ਰਹੇ ਹਾਂ, ਲਗਾਤਾਰ ਰਾਬਤਾ ਕਰ ਰਹੇ ਹਾਂ ਕਿਹੜਾ ਮੁੰਡਿਆਂ ਨੂੰ ਬਚਾ ਕੇ ਮੁੜ ਕੇ ਪੰਜਾਬ ਲਿਆਂਦਾ ਜਾ ਸਕੇ। ਆਖਿਰਕਾਰ ਕੱਲ੍ਹ ਕਾਫੀ ਐਫਰਟਸ ਤੋਂ ਬਾਅਦ ਜਿਹੜੇ ਅੰਬੈਸੀ ਦੇ ਬੰਦੇ ਹੈ ਉਹਨਾਂ ਦੀ ਸੰਬੰਧਿਤ ਕੰਪਨੀ ਦੇ ਮਾਲਕ ਦੇ ਨਾਲ ਗੱਲ ਹੋ ਗਈ, ਉਹਦੇ ਨਾਲ ਰਾਬਤੇ ਦੇ ਵਿੱਚ ਆ ਗਏ ਹੈ, ਉਹਦੇ ਨਾਲ ਹੁਣ ਲਗਾਤਾਰ ਗੱਲਬਾਤ ਕਰ ਰਹੇ ਹੈ ਕਿ ਉਹਨਾਂ ਕੋਲ ਮੁੰਡਿਆਂ ਨੂੰ ਛਡਾ ਕੇ ਸੇਫ ਤਰੀਕੇ ਨਾਲ ਪੰਜਾਬ ਲਿਆਂਦਾ ਜਾ ਸਕੇ। ਮੈਂ ਨਾਲ ਹੀ ਆਪਣੇ ਪੰਜਾਬੀ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਠੱਗ ਟਰੈਵਲ ਏਜੰਟਾਂ ਦੇ ਅੜਗਿੱਟੇ ਨਾ ਚੜੋ। ਘੱਟੋ ਘੱਟ ਇੰਨਾ ਤਾਂ ਆਪਾਂ ਦੇਖੀਏ ਕਿ ਜਿਹੜੀਆਂ ਕੰਟਰੀ ਦੇ ਵਿੱਚ ਫੋਰਨ ਮਿਨਿਸਟਰੀ ਵੀ ਮਨਾਹੀ ਕਰ ਰਹੀ ਹੈ ਉੱਥੇ ਆਪਾਂ ਨਾ ਜਾਈਏ। ਹੋਰ ਵੀ ਐਸੇ ਕਈ ਕੇਸ ਨੇ ਕਿ ਆਪਣੇ ਇਲਾਕੇ ਦਾ ਮੁੰਡਾ ਮਸਕਟ ਦੇ ਵਿੱਚ ਹੈ, ਉਹਨੂੰ ਵੀ ਕੰਪਨੀ ਵਾਪਸ ਨਹੀਂ ਆਉਣ ਦੇ ਰਹੀ। ਸੋ ਮੈਂ ਨੌਜਵਾਨ ਸਾਥੀਆਂ ਨੂੰ ਬੇਨਤੀ ਕਰਦਾ ਕਿ ਕੰਮ ਕਰ ਲਈ ਜ਼ਰੂਰ, ਤੁਸੀਂ ਜੇ ਜਾਣਾ ਚਾਹੁੰਦੇ ਹੋ ਵਿਦੇਸ਼ ਤਾਂ ਘੱਟੋ ਘੱਟ ਤਹਿਕੀਕਾਤ ਕਰਕੇ ਜਾਓ, ਠੱਗ ਟਰੈਵਲ ਏਜੰਟਾਂ ਦੇ ਅੜਗਿੱਟੇ ਨਾ ਚੜੋ। ਪੀਣ ਨੂੰ ਪਾਣੀ ਨਹੀਂ ਹੈ ਜੀ, ਰੋਟੀ ਨਹੀਂ ਹੈਗੀ ਖਾਣ ਨੂੰ ਜੀ, ਗੇਟ ਤੋਂ ਬਾਹਰ ਨਹੀਂ ਜਾਣ ਦਿੰਦੇ ਜੀ, ਅਸੀਂ ਘਰਾਂ ਨੂੰ ਜਾਣ ਨੂੰ ਗਏ ਵੀ ਸਾਨੂੰ ਇੰਡੀਆ ਭੇਜ ਦਿਉ ਤਾਂ ਕਹਿੰਦੇ ਵੀ $3,000 ਦੇਣਾ ਪੈਣਾ ਜੀ ਤਾਂ ਤੁਹਾਨੂੰ ਵਾਪਸ ਭੇਜਣਾ। ਸਾਡੀ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਅੱਗੇ ਬੇਨਤੀ ਹੈ ਕਹਿੰਦੇ ਸਰ ਛੇਤੀ ਤੋਂ ਛੇਤੀ ਇੱਥੇ ਤੋਂ ਆਪਣੇ ਘਰਾਂ ਨੂੰ ਬੁਲਾਇਆ ਜਾਵੇ ਜੀ। ਪੀਣ ਨੂੰ ਪਾਣੀ ਨਹੀਂ ਹੈ ਜੀ, ਰੋਟੀ ਨਹੀਂ ਹੈਗੀ ਖਾਣ ਨੂੰ ਜੀ, ਗੇਟ ਤੋਂ ਬਾਹਰ ਨਹੀਂ ਜਾਣ ਦਿੰਦੇ ਜੀ, ਅਸੀਂ ਘਰਾਂ ਨੂੰ ਜਾਣ ਨੂੰ ਗਏ ਵੀ ਸਾਨੂੰ ਇੰਡੀਆ ਭੇਜ ਦਿਉ ਤਾਂ ਕਹਿੰਦੇ ਵੀ $3,000 ਦੇਣਾ ਪੈਣਾ ਜੀ ਤਾਂ ਤੁਹਾਨੂੰ ਵਾਪਸ ਭੇਜਣਾ। ਸਾਡੀ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਅੱਗੇ ਬੇਨਤੀ ਹੈ ਕਹਿੰਦੇ ਸਰ ਛੇਤੀ ਤੋਂ ਛੇਤੀ ਇੱਥੇ ਤੋਂ ਆਪਣੇ ਘਰਾਂ ਨੂੰ ਬੁਲਾਇਆ ਜਾਵੇ ਜੀ। ਸ਼ਰਮੀਲਾ ਦੇਵੀ। ਕੌਣ ਹੈ ਤੁਹਾਡਾ ਬਾਹਰ ਜੀ? ਮੇਰਾ ਬੇਟਾ ਹੈ ਬਾਹਰ, ਸਤਵੀਰ ਸਿੰਘ। ਕਦੋਂ ਗਿਆ ਸੀ? ਉਹ 4 ਜਨਵਰੀ ਦਾ ਗਿਆ ਜੀ ਬਾਹਰ, ਤੇ ਉਹਨਾਂ ਦੀ ਯਾਨੀ ਕਿ ਸਾਡੇ ਨਾਲ ਹਫ਼ਤੇ ਦੇ ਉੱਪਰ ਤਾਂ ਮੇਰੇ ਨਾਲ ਤਾਂ ਮੇਰੇ ਬੇਟੇ ਦੀ ਇੱਕ ਵਾਰੀ ਵੀ ਨਹੀਂ ਗੱਲ ਹੋਇਆ ਕਰਦੀ। ਜਦੋਂ ਲਾਸਟ ਟਾਈਮ ਗੱਲ ਹੋਈ ਕੀ ਕਹਿੰਦਾ ਸੀ? ਮੇਰੀ ਸ਼ੁੱਕਰਵਾਰੀ ਗੱਲ ਹੋਈ ਸੀ ਪਹਿਲੇ ਲਾਸਟ ਟਾਈਮ, ਅੱਜ 8 ਦਿਨ ਹੋ ਗਏ ਬੱਚੇ ਨਾਲ। ਉਹ ਕਹਿੰਦਾ ਮਾਤਾ ਅਸੀਂ ਠੀਕ ਹੈ, ਬਸ ਕਹਿੰਦਾ ਸਾਨੂੰ ਡਰਾ ਡਰਾ ਕੇ ਧਮਕਾ ਧਮਕਾ ਕੇ ਰੱਖਿਆ ਕਰਦੇ।